ਹਾਂਜੀ ਦੋਸਤੋ, ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਸੁੱਖ ਰਤੀਏ ਦਾ ਪੰਗਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਚੱਲ ਰਿਹਾ ਹੈ ਅਤੇ ਉਸ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਮੈਰੋਂ ਦੇ ਕਹਿਣ 'ਤੇ ਸੁੱਖ ਰਤੀਆ ਨੇ ਮਾਫ਼ੀ ਵੀ ਮੰਗ ਲਈ ਸੀ। ਪਰ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਸੁੱਖ ਰਤੀਏ ਨੇ ਕੱਲ੍ਹ ਲਾਈਵ ਆ ਕੇ ਇਹ ਗੱਲ ਆਖ ਦਿੱਤੀ ਸੀ ਕਿ ਮੈਂ ਉਹਨਾਂ ਲੋਕਾਂ ਤੋਂ ਮਾਫ਼ੀ ਮੰਗੀ ਹੈ ਜਿਨ੍ਹਾਂ ਨੂੰ ਮੇਰੀਆਂ ਗਾਲਾਂ ਚੰਗੀਆਂ ਨਹੀਂ ਲੱਗੀਆਂ, ਉਹਨਾਂ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗੀ ਹੈ ਅਤੇ ਮੈਂ ਹੋਰ ਕਿਸੇ ਤੋਂ ਵੀ ਮਾਫ਼ੀ ਨਹੀਂ ਮੰਗੀ। ਪਰ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਇੱਕ ਸਟੋਰੀ ਸ਼ੇਅਰ ਕਰਦੇ ਹੋਏ ਸੁੱਖ ਰਤੀਏ ਨੂੰ ਰਿਪਲਾਈ ਦਿੱਤਾ ਹੈ ਜਿਸ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੇ ਬੋਲਿਆ ਹੈ, ਜਦੋਂ ਕਿਸੇ ਨਾਲ ਸਖਤੀ ਕਰਦਿਆਂ ਤਾਂ ਰੌਲਾ ਪੈ ਜਾਂਦਾ ਵੀ ਪਿਆਰ ਨਾਲ ਸਮਝਾ ਦਿੰਦੇ, ਮੈਂ ਤਾਂ ਇੱਕ ਵਾਰ ਨਹੀਂ ਦੋ ਵਾਰ ਸਮਝਾਇਆ ਸੀ ਵੀ ਆਹ ਗਾਲੀ ਗਲੋਚ ਤੋਂ ਬਾਜ ਆ ਜਾਓ। ਫੋਨਾਂ ਤੇ ਏਦਾਂ ਰੋਂਦੇ ਸੀ ਜਿਵੇਂ ਸਾਰਾ ਟੱਬਰ ਮਰ ਗਿਆ ਹੋਵੇ। ਲੱਗਦਾ ਪਿਆਰ ਵਾਲੀ ਭਾਸ਼ਾ ਜਾਂ ਤਾਂ ਸਾਨੂੰ ਸਮਝ ਨਹੀਂ ਆਉਂਦੀ ਜਾਂ ਰਤੀਏ ਉਹਨਾਂ ਨੂੰ ਸਮਝ ਨਹੀਂ ਆਈ। ਚਲੋ ਦੂਜੇ ਲੋਟ ਸਹੀ, ਹੁਣ ਇੱਕ ਗੱਲ ਯਾਦ ਰੱਖਿਓ, ਆਉਣ ਜਾਣ ਦਾ ਖਰਚਾ ਵੀ ਲੈ ਕੇ ਜਾਵਾਂਗੇ ਹੁਣ ਕਿਉਂਕਿ ਤੁਹਾਡੇ ਕਰਕੇ ਆਉਣ ਲੱਗਿਆ। ਇਸ ਤਰ੍ਹਾਂ ਦੋਸਤੋ ਭਾਈ ਅੰਮ੍ਰਿਤਪਾਲ ਸਿੰਘ ਨੇ ਸੁੱਖ ਰਤੀਏ ਨੂੰ ਰਿਪਲਾਈ ਦਿੱਤਾ ਹੈ। ਬਾਕੀ ਦੋਸਤੋ ਤੁਹਾਡਾ ਹੀ ਕਹਿਣਾ ਹੈ ਸੁੱਖ ਰਤੀਏ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੀ ਹੋਰ ਲੇਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ।